ਬੀਤੇ ਦਿਨੀ ਲਹਿਰਾ ਗੱਗਾ ਦੇ ਖਨੌਰੀ ਚ 65 ਸਾਲਾ ਬਜ਼ੁਰਗ ਮਹਿਲਾ ਦੇ ਨਾਲ ਬਲਾਤਕਾਰ ਕਰਨ ਵਾਲੇ 4 ਮੁਲਜ਼ਮਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਲੁੱਟਪਾਟ ਦੇ ਇਰਾਦੇ ਨਾਲ ਚਾਰੋਂ ਵਿਅਕਤੀ ਮਹਿਲਾ ਦੇ ਘਰ ਅੰਦਰ ਦਾਖਲ ਹੋਏ ਸੀ, ਜਿਸ ਤੋਂ ਬਾਅਦ ਮਹਿਲਾ ਦੇ ਨਾਲ ਬਲਾਤਕਾਰ ਕੀਤਾ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਘਰ ਤੋਂ ਸੋਨਾ ਚਾਂਦੀ ਅਤੇ ਗਹਿਣੇ ਚੁਰਾ ਕੇ ਫਰਾਰ ਹੋ ਗਏ, ਜਿਸ ਤੋਂ ਬਾਅਦ ਅੱਜ ਪੁਲਿਸ ਦੇ ਵੱਲੋਂ ਇਹਨਾਂ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਿਤੀ 23/11/2019 ਦੀ ਰਾਤ ਨੂੰ ਕੁਛ ਅਣਪਛਾਤੇ ਵਿਅਕਤੀਆਂ ਵੱਲੋਂ ਖਨੌਰੀ ਕਸਬੇ 'ਚ ਬੱਸ ਸਟੈਂਡ ਦੇ ਨੇੜੇ ਇੱਕ ਸੰਘਣੀ ਆਬਾਦੀ ਵਾਲੇ ਏਰੀਏ ਦੇ ਵਿੱਚ ਇੱਕ ਬਜ਼ੁਰਗ ਮਾਤਾ ਜਿਹਦੀ ਉਮਰ ਕੋਈ 65 ਸਾਲ ਦੇ ਕਰੀਬ ਸੀ, ਭਾਗੋ ਦੇਵੀ ਪਤਨੀ ਲੇਟ ਸ੍ਰੀ ਰਾਮ ਲਾਲ ਜੀ ਦੇ ਘਰ ਵੜ ਕੇ ਲੁੱਟਖੋਹ ਦੀ ਨੀਤ ਨਾਲ ਉਹਨੂੰ ਸੱਟਾਂ ਲਾ ਕੇ ਉਹਦੀ ਮੌਤ ਕਰਤੀ ਅਤੇ ਉਹਦੇ ਘਰੋਂ ਸੋਨੇ ਦੀਆਂ ਵਾਲੀਆਂ, ਕੁਛ ਕਾਂਟੇ, ਛਾਪ ਅਤੇ ਹੋਰ ਜਿਹੜੇ ਹੈਗੇ ਆ ਇੱਕ ਦੋ ਆਰਟੀਕਲ ਪਲੱਸ ਉਹਦਾ ਜਿਹੜਾ ਮੋਬਾਈਲ ਸੀ ਉਹ ਵਾਰਦਾਤ ਕਰਨ ਤੋਂ ਬਾਅਦ ਲੁਟੇਰੇ ਜਿਹੜੇ ਲੈ ਗਏ ਸੀ। ਜੋ ਉਹਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਹ ਜਿਹੜਾ ਘਰ ਹੈ ਬਹੁਤ ਹੀ ਸੰਘਣੀ ਆਬਾਦੀ ਦੇ ਵਿੱਚ ਹੈ ਅਤੇ ਕਿਸੇ ਵੀ ਪਾਸੇ ਉਹਦੇ ਵਿੱਚ ਅੰਦਰ ਜਾਣ ਲਈ ਰਸਤਾ ਨਹੀਂ ਹੈ। ਜਿਹੜੇ ਮੁਲਜ਼ਮ ਸੀ ਉਹਨਾਂ ਨੇ ਬੜੀ ਸ਼ਤਾਨੀ ਨਾਲ ਉਹਦੇ ਘਰ ਦਾ ਦਰਵਾਜ਼ਾ ਖੁਲਵਾਇਆ, ਦਰਵਾਜ਼ਾ ਖੁਲਾ ਕੇ ਅੰਦਰ ਐਂਟਰ ਹੋਏ ਅਤੇ ਉਸ ਤੋਂ ਬਾਅਦ ਜਿਹੜਾ ਹੈ ਸਾਰੀ ਘਟਨਾ ਨੂੰ ਅੰਜਾਮ ਦਿੱਤਾ। ਲਹਿਰਾ ਗਾਗਾ ਤੋਂ ਗਗਨਦੀਪ ਸਿੰਘ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਦੈਨਿਕ ਸਵੇਰਾ ਇਸ ਵਾਰ ਨਿਕਲਿਆ ਇੱਕ ਅਜਿਹੇ ਪੈਂਡੇ ਤੇ ਜਿੱਥੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਚਾਲੇ ਪਾਏ, ਜਿੱਥੇ ਘਮਾਸਾਨ ਜੰਗਾਂ ਹੋਈਆਂ, ਜਿੱਥੇ ਪਰਿਵਾਰ ਦਾ ਵਿਛੋੜਾ ਪੈ ਗਿਆ। ਜਿੱਥੇ 10 ਲੱਖ ਫੌਜਾਂ ਦੇ ਨਾਲ ਲੜਦਿਆਂ ਵੱਡੇ ਸਾਹਿਬਜ਼ਾਦੇ ਤੇ 40 ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਜਿਨ੍ਹਾਂ ਰਾਹਾਂ ਤੇ ਦਾਦੀ ਮਾਂ ਦੇ ਨਾਲ ਚੱਲਦਿਆਂ ਛੋਟੇ ਸਾਹਿਬਜ਼ਾਦਿਆਂ ਦਾ ਅਡੋਲ ਸਿਦਕ ਪੋਹ ਦੀਆਂ ਠੰਡੀਆਂ ਰਾਤਾਂ ਵੀ ਮੱਠੀਆਂ ਕਰ ਗਿਆ। ਸੋ ਦੇਖਣਾ ਨਾ ਭੁੱਲਣਾ ਸ਼ਹੀਦੀ ਪੈਂਡੇ ਦੀਆਂ ਉਹ 6 ਰਾਤਾਂ, ਜਿਸ ਨੇ ਸਿੱਖ ਕੌਮ ਦੇ ਵਿੱਚ ਇੱਕ ਵਿਲੱਖਣ ਇਤਿਹਾਸ ਸਿਰਜ ਦਿੱਤਾ। ਸਿਰਫ ਤੇ ਸਿਰਫ ਦੈਨਿਕ ਸਵੇਰਾ ਤੇ ਹਰ ਰੋਜ਼ ਸਵੇਰੇ 8 ਵਜੇ।